ਸਟਿਲ ਸੀ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਹੁਤ ਹੀ ਬੁਰੀ ਖਬਰ ਆ ਰਹੀ ਆ, ਕਿਉਂਕਿ ਮਹਾਨ ਪੰਜਾਬੀ ਗਾਇਕਾ ਸੁਰਿੰਦਰ ਸੋਨੀਆ, ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ, ਸੁਰਿੰਦਰ ਸ਼ਿੰਦਾ, ਨਜ਼ੀਰ ਮੁਹੰਮਦ ਤੇ ਇਸ ਤੋਂ ਬਿਨਾਂ ਵੀ ਹੋਰ ਕਈ ਪੰਜਾਬੀ ਸਿੰਗਰਾਂ ਨਾਲ ਗਾਇਆ ਤੇ ਉਹਨਾਂ ਦੇ ਬਹੁਤ ਸਾਰੇ ਗਾਣੇ ਸੁਪਰ ਡੁਪਰ ਹਿੱਟ ਹੋਏ, ਜਿਵੇਂ ਭੱਜ ਜਾ ਵੇ ਮਿੱਤਰਾ, ਟਕੂਏ ਤੇ ਟਕੂਆ ਖੜ, ਬਾਪੂ ਸਾਡਾ ਗੁੰਮ ਹੋ ਗਿਆ, ਕੁੜਤੀ ਸੱਤ ਰੰਗ ਦੀ, ਬਾਪੂ ਸਾਡਾ ਗੁੰਮ ਹੋ ਗਿਆ, ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ। ਸੋ ਦੋਸਤੋ, ਉਹ ਮਹਾਨ ਗਾਇਕਾ ਜਿਸ ਨੇ ਬਹੁਤ ਸਾਰੇ ਗਾਣੇ ਦਿੱਤੇ ਤੇ ਜਿਨ੍ਹਾਂ ਦੇ ਗਾਣੇ ਅੱਜ ਵੀ ਅਮਰ ਆ, ਲੋਕ ਬਹੁਤ ਹੀ ਪਿਆਰ ਨਾਲ ਸੁਣਦੇ ਆ, ਉਹ ਕੱਲ 29 ਅਕਤੂਬਰ 2019 ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ, ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਦੋਸਤੋ, ਬਹੁਤ ਹੀ ਵੱਡਾ ਘਾਟਾ ਪਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ, ਉਹਨਾਂ ਦੇ ਗਾਣੇ ਲੋਕ ਅੱਜ ਵੀ ਬਹੁਤ ਹੀ ਪਿਆਰ ਤੇ ਉਤਸ਼ਾਹ ਨਾਲ ਸੁਣਦੇ ਆ। ਸੋ ਦੋਸਤੋ, ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਆਪਾਂ ਇੱਕ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੂਗੀ। ਸੋ ਜਿੰਨੇ ਵੀ ਸੁਰਿੰਦਰ ਸੋਨੀਆ ਜੀ ਨੂੰ ਪਿਆਰ ਕਰਦੇ ਆ, ਉਹਨਾਂ ਦੇ ਫੈਨ ਆ, ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਸੁਰਿੰਦਰ ਸੋਨੀਆ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਸੁਰਿੰਦਰ ਸੋਨੀਆ ਜੀ ਦਾ ਜਨਮ ਸੰਨ 1946 ਵਿੱਚ ਪਾਕਿਸਤਾਨ ਵਿੱਚ ਹੋਇਆ ਤੇ ਜਿਸ ਸਮੇਂ ਉਹਨਾਂ ਦੀ ਉਮਰ ਸਿਰਫ 1 ਸਾਲ ਦੀ ਸੀ ਉਦੋਂ ਦੇਸ਼ ਦੀ ਵੰਡ ਹੋਈ ਤੇ 1947 ਵਿੱਚ ਉਹਨਾਂ ਦਾ ਪੂਰਾ ਪਰਿਵਾਰ ਪੰਜਾਬ ਵਿੱਚ ਆ ਗਿਆ। ਪਰ ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ, ਇਸ ਕਾਰਨ ਸੁਰਿੰਦਰ ਸੋਨੀਆ ਜੀ ਦਾ ਪੂਰਾ ਪਰਿਵਾਰ ਫਿਰ ਲਖਨਊ ਜਾ ਕੇ ਵੱਸ ਗਿਆ ਤੇ ਉੱਥੇ ਜਾ ਕੇ ਉਹ ਲਗਭਗ 10 ਸਾਲ ਰਿਫਿਊਜੀ ਕਲੋਨੀ ਵਿੱਚ ਰਹੇ। ਜਿਸ ਸਮੇਂ ਉਹ ਲਖਨਊ ਵਿਖੇ ਰਹਿੰਦੇ ਸੀ ਤਾਂ ਉਹ ਅਕਸਰ ਹੀ ਗੁਰਦੁਆਰਾ ਸਾਹਿਬ ਜਾਇਆ ਕਰਦੇ ਸੀ, ਕਿਉਂਕਿ ਉਹਨਾਂ ਦੇ ਪਿਤਾ ਜੀ ਹਾਰਮੋਨੀਅਮ ਪਲੇ ਕਰਦੇ ਸੀ ਤੇ ਗੁਰਦੁਆਰਾ ਸਾਹਿਬ ਜਾ ਕੇ ਸੁਰਿੰਦਰ ਸੋਨੀਆ ਜੀ ਵਾਹਿਗੁਰੂ ਜੀ ਦਾ ਨਾਮ ਲੈਂਦੇ ਸੀ ਤੇ ਕੀਰਤਨ ਕਰਦੇ ਸੀ, ਜਿਸ ਨੂੰ ਸਾਰੀ ਸੰਗਤ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਉਹਨਾਂ ਦੀ ਆਵਾਜ਼ ਬਹੁਤ ਸੋਹਣੀ ਸੀ। ਸੋ ਬਚਪਨ ਵਿੱਚ ਹੀ ਸੁਰਿੰਦਰ ਸੋਨੀਆ ਨੂੰ ਮਿਊਜ਼ਿਕ ਨਾਲ ਕਾਫੀ ਪਿਆਰ ਹੋ ਗਿਆ, ਪਰ ਉਹਨਾਂ ਦੀ ਫੈਮਿਲੀ ਨਹੀਂ ਚਾਹੁੰਦੀ ਸੀ ਕਿ ਸੁਰਿੰਦਰ ਸੋਨੀਆ ਇੱਕ ਪ੍ਰੋਫੈਸ਼ਨਲ ਸਿੰਗਰ ਬਣੇ। ਲਗਭਗ 10 ਸਾਲ ਲਖਨਊ ਵਿੱਚ ਰਹਿਣ ਤੋਂ ਬਾਅਦ ਸੁਰਿੰਦਰ ਸੋਨੀਆ ਜੀ ਦਾ ਪੂਰਾ ਪਰਿਵਾਰ ਲੁਧਿਆਣੇ ਆ ਕੇ ਵੱਸ ਗਿਆ ਤੇ ਉਸ ਤੋਂ ਬਾਅਦ ਫਿਰ ਸੁਰਿੰਦਰ ਸੋਨੀਆ ਜੀ ਦੀ ਲੁਧਿਆਣੇ ਦੇ ਇੱਕ ਨੌਜਵਾਨ ਨਾਲ ਮੈਰਿਜ ਹੋ ਗਈ। ਸੁਰਿੰਦਰ ਸੋਨੀਆ ਨੇ ਜਦੋਂ ਆਪਣੀ ਆਵਾਜ਼ ਵਿੱਚ ਆਪਣੇ ਪਤੀ ਨੂੰ ਗੀਤ ਸੁਣਾਏ ਤਾਂ ਉਹਨਾਂ ਨੂੰ ਸੁਰਿੰਦਰ ਸੋਨੀਆ ਦੀ ਆਵਾਜ਼ ਬਹੁਤ ਵਧੀਆ ਲੱਗੀ ਤੇ ਸੁਰਿੰਦਰ ਸੋਨੀਆ ਜੀ ਦੇ ਹਸਬੈਂਡ ਨੂੰ ਵੀ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਉਹਨਾਂ ਨੂੰ ਮਿਊਜ਼ਿਕ ਨਾਲ ਕਾਫੀ ਪਿਆਰ ਸੀ। ਇਸੇ ਕਾਰਨ ਉਹਨਾਂ ਨੇ ਸੁਰਿੰਦਰ ਸੋਨੀਆ ਨੂੰ ਕਿਹਾ ਕਿ ਤੇਰੀ ਆਵਾਜ਼ ਬਹੁਤ ਵਧੀਆ, ਤੂੰ ਇੱਕ ਪ੍ਰੋਫੈਸ਼ਨਲ ਸਿੰਗਰ ਬਣ ਸਕਦੀ ਆ। ਸੋ ਫਿਰ ਇਸ ਤੋਂ ਬਾਅਦ ਉਹਨਾਂ ਨੇ ਕਾਫੀ ਜ਼ਿਆਦਾ ਹੈਲਪ ਕੀਤੀ ਸੁਰਿੰਦਰ ਸੋਨੀਆ ਦੀ, ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਸਟੈਬਲਿਸ਼ ਕਰਨ ਵਿੱਚ। ਸਭ ਤੋਂ ਪਹਿਲਾਂ ਸੁਰਿੰਦਰ ਸੋਨੀਆ ਜੀ ਨੇ ਨਰਿੰਦਰ ਬੀਬਾ ਨਾਲ ਮੁਲਾਕਾਤ ਕੀਤੀ ਤੇ ਨਰਿੰਦਰ ਬੀਬਾ ਦੀ ਮਦਦ ਨਾਲ ਹੀ ਸੁਰਿੰਦਰ ਸੋਨੀਆ ਬੰਬੇ ਗਈ। ਉੱਥੇ ਜਾ ਕੇ ਉਹਨਾਂ ਨੇ ਤੇਰੀ ਮੇਰੀ ਇੱਕ ਜਿੰਦਰੀ ਫਿਲਮ ਵਿੱਚ ਗੀਤ ਗਾਇਆ ਨਰਿੰਦਰ ਬੀਬਾ ਨਾਲ, ਪਿਆਰ ਇੰਜ ਪਾਈ ਦਾ, ਪਿਆਰ ਇੰਜ ਪਾਈ ਦਾ। ਸੋ ਇਹ ਗਾਣਾ ਬਹੁਤ ਜ਼ਿਆਦਾ ਸੁਪਰ ਡੁਪਰ ਹਿੱਟ ਹੋਇਆ। ਇਸ ਤੋਂ ਬਾਅਦ ਜਦੋਂ ਉਹ ਪੰਜਾਬ ਆਏ ਤਾਂ ਉਹਨਾਂ ਨੇ ਸੰਤ ਰਾਮ ਖੀਵਾ ਨਾਲ ਇੱਕ ਸੈੱਟ ਬਣਾਇਆ ਆਪਣਾ ਤੇ ਉਹਨਾਂ ਨਾਲ ਗਾਉਣਾ ਸ਼ੁਰੂ ਕੀਤਾ ਤੇ ਸੁਰਿੰਦਰ ਸੋਨੀਆ ਜੀ ਨੇ ਡਿਊਟ ਸਿੰਗਿੰਗ ਦੇ ਗੁਣ ਵੀ ਸੰਤ ਰਾਮ ਖੀਵਾ ਜੀ ਤੋਂ ਸਿੱਖੇ। ਲਗਭਗ 1 ਸਾਲ ਉਹਨਾਂ ਨਾਲ ਗਾਇਆ ਸੁਰਿੰਦਰ ਸੋਨੀਆ ਨੇ। ਇਸ ਤੋਂ ਬਾਅਦ ਸੁਰਿੰਦਰ ਸੋਨੀਆ ਦਾ ਸੈੱਟ ਬਣਿਆ ਸੁਰਿੰਦਰ ਸ਼ਿੰਦਾ ਨਾਲ ਤੇ ਉਹਨਾਂ ਨਾਲ ਗਾਉਣਾ ਸ਼ੁਰੂ ਕੀਤਾ। ਲਗਭਗ 5 ਸਾਲ ਉਹਨਾਂ ਨੇ ਸੁਰਿੰਦਰ ਸ਼ਿੰਦਾ ਨਾਲ ਗਾਇਆ। ਪਹਿਲਾ ਗਾਣਾ ਸੁਰਿੰਦਰ ਸ਼ਿੰਦਾ ਨਾਲ ਉਹਨਾਂ ਦਾ ਰਿਕਾਰਡ ਹੋਇਆ ਬੋਲੇ ਚਿਮਟਾ ਸਾਧ ਦੇ ਡੇਰੇ, ਇਹ ਗਾਣਾ ਸੁਪਰ ਡੁਪਰ ਹਿੱਟ ਰਿਹਾ। ਮੈਂ ਕੀ ਕਰਾਂ ਕਰਤਾਰੋ ਗੱਡੀ 6 ਸਿਲੰਡਰ ਦੀ, ਇਹ ਗਾਣੇ ਨੇ ਵੀ ਕਈ ਰਿਕਾਰਡ ਤੋੜੇ। ਉਸ ਤੋਂ ਬਾਅਦ ਸੁਰਿੰਦਰ ਸੋਨੀਆ ਨੇ ਅਮਰ ਸਿੰਘ ਚਮਕੀਲਾ ਨਾਲ ਗਾਉਣਾ ਸ਼ੁਰੂ ਕੀਤਾ ਤੇ ਲਗਭਗ 3 ਸਾਲ ਅਮਰ ਸਿੰਘ ਚਮਕੀਲਾ ਨਾਲ ਗਾਇਆ। ਪਰ ਜਿੰਨੇ ਵੀ ਗਾਣੇ ਸੁਰਿੰਦਰ ਸੋਨੀਆ ਨੇ ਅਮਰ ਸਿੰਘ ਚਮਕੀਲਾ ਨਾਲ ਗਾਏ ਉਹ ਸਾਰੇ ਗਾਣੇ ਅਮਰ ਹੋ ਗਏ। ਸਭ ਤੋਂ ਪਹਿਲਾਂ ਸੁਰਿੰਦਰ ਸੋਨੀਆ ਨੇ ਅਮਰ ਸਿੰਘ ਚਮਕੀਲਾ ਨਾਲ ਭੱਜ ਜਾ ਵੇ ਮਿੱਤਰਾ, ਟਕੂਏ ਤੇ ਟਕੂਆ ਖੜ ਕੇ ਗਾਣਾ ਰਿਕਾਰਡ ਕਰਵਾਇਆ। ਇਸ ਗਾਣੇ ਨੇ ਰਾਤੋਂ ਰਾਤ ਹੀ ਇਹਨਾਂ ਦੋਨਾਂ ਨੂੰ ਸੁਪਰ ਸਟਾਰ ਬਣਾਤਾ। ਫਿਰ ਬਾਪੂ ਸਾਡਾ ਗੁੰਮ ਹੋ ਗਿਆ, ਇਹ ਗਾਣਾ ਵੀ ਸੁਪਰ ਡੁਪਰ ਹਿੱਟ ਰਿਹਾ। ਕੁਰਤੀ ਸੱਤ ਰੰਗ ਦੀ, ਇਸ ਗਾਣੇ ਨੇ ਵੀ ਕਈ ਰਿਕਾਰਡ ਬਣਾਏ। ਕੁਰਤੀ ਸੱਤ ਰੰਗ ਦੀਵੇ ਵਿੱਚ ਘੁੱਗੀਆਂ ਗੁਟਾਰਾਂ ਪਾਈਆਂ, ਨੀ ਬੈਲੀਆਂ ਨੇ ਬੈਰ ਛੱਡਦੇ ਨੀ, ਤੂੰ ਵੀ ਛੱਡ ਦੇ ਯਾਰੀਆਂ ਲਾਈਆਂ। ਇਸ ਤੋਂ ਬਿਨਾਂ ਸੁਰਿੰਦਰ ਸੋਨੀਆ ਨੇ ਇੱਕ ਹੋਰ ਗੀਤ ਗਾਇਆ ਜੋ ਕਿ ਬਹੁਤ ਜ਼ਿਆਦਾ ਮਕਬੂਲ ਹੋਇਆ, ਰਾਤ ਦਾ ਨਾ ਬੋਲੇ ਮੇਰੇ ਨਾਲ। ਇਸ ਗਾਣੇ ਨੇ ਵੀ ਬਹੁਤ ਸਾਰਾ ਜਿਹੜਾ ਨਾਮ ਨਾ ਖੱਟਿਆ ਅਮਰ ਸਿੰਘ ਚਮਕੀਲਾ ਨਾਲ। 3 ਸਾਲ ਗਾਉਣ ਤੋਂ ਬਾਅਦ ਇਸ ਤੋਂ ਬਾਅਦ ਸੁਰਿੰਦਰ ਸੋਨੀਆ ਨੇ ਨਜ਼ੀਰ ਮੁਹੰਮਦ ਨਾਲ ਗਾਉਣਾ ਸ਼ੁਰੂ ਕੀਤਾ ਤੇ ਉਸ ਨਾਲ ਵੀ ਉਹਨਾਂ ਦੇ ਬਹੁਤ ਸਾਰੇ ਗਾਣੇ ਆਏ। ਸੁਰਿੰਦਰ ਸੋਨੀਆ ਜੀ ਨੇ ਅਜਿਹੇ ਗੀਤ ਗਾਏ ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਨੇ ਹੀ ਸ਼ੌਂਕ ਨਾਲ ਸੁਣਦੀ ਹੈ ਜਿੰਨੇ ਪੁਰਾਣੇ ਸਮੇਂ ਵਿੱਚ ਲੋਕ ਸੁਣਦੇ ਸੀ। ਤੇ ਆਪਾਂ ਇਹ ਵੀ ਕਹਿ ਸਕਦੇ ਕਿ ਸੁਰਿੰਦਰ ਸੋਨੀਆ ਦੇ ਜੋ ਗਾਣੇ ਆ ਆਪਾਂ ਅੱਜ ਵੀ ਅਕਸਰ ਹੀ ਜੋ ਵਿਆਹਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ 'ਚ ਸੁਣ ਸਕਦੇ ਹਾਂ। ਡੀਜੇ ਤੇ ਉਹਨਾਂ ਦੇ ਗਾਣੇ ਅੱਜ ਵੀ ਉਨੇ ਹੀ ਵੱਜਦੇ ਆ।
ਸੋ ਦੋਸਤੋ ਉਹਨਾਂ ਦੇ ਜੋ ਕਲਾਸਿਕ ਸੌਂਗ ਸੀ ਉਸ ਨੂੰ ਪੰਜਾਬੀ ਐਮਸੀ ਨੇ ਰੀਮਿਕਸ ਕੀਤਾ। ਇਸ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਸੁਰਿੰਦਰ ਸੋਨੀਆ ਨੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਕੀਤੇ ਅਤੇ ਉਹਨਾਂ ਨੂੰ ਬਹੁਤ ਹੀ ਲੋਕ ਪਸੰਦ ਕਰਦੇ ਆ। ਸੋ ਦੋਸਤੋ ਸੁਰਿੰਦਰ ਸੋਨੀਆ ਕਾਫ਼ੀ ਸਮਾਂ ਆਪਾਂ ਕਹਿ ਸਕਦੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ ਵੀ ਰਹੇ। ਇਹਦੇ ਜਿਹੜੇ ਕਾਰਨ ਪੂਰੀ ਤਰ੍ਹਾਂ ਕਲੀਅਰ ਨਹੀਂ ਕਿ ਉਹ ਕਿਉਂ ਦੂਰ ਹੋਏ, ਪਰ ਸੰਨ 2017 ਵਿੱਚ ਉਹਨਾਂ ਨੇ ਦੁਬਾਰਾ ਕਾਫ਼ੀ ਗਾਣੇ ਰਿਕਾਰਡ ਕਰਵਾਏ ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਦੋਸਤੋ ਸੁਰਿੰਦਰ ਸੋਨੀਆ ਜੀ ਉਹ ਮਹਾਨ ਗਾਇਕਾ ਜਿਸ ਦਾ ਘਾਟਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦੇ ਵੀ ਪੂਰਾ ਨਹੀਂ ਹੋ ਸਕਦਾ। ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੁਰਿੰਦਰ ਸੋਨੀਆ ਆਪਣੇ ਬੇਟੇ ਅਨਿਲ ਸੋਨੀ ਨਾਲ ਅੱਜ ਕੱਲ੍ਹ ਲੁਧਿਆਣੇ ਵਿਖੇ ਰਹਿ ਰਹੇ ਸੀ, ਪਰ ਅਚਾਨਕ 29 ਅਕਤੂਬਰ 2019 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਇਸ ਨਾਲ ਸੁਰਿੰਦਰ ਸੋਨੀਆ ਦੇ ਫੈਨਸ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਖਾਸ ਤੌਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਦੋਸਤੋ ਜੋ ਬੰਦਾ ਇਸ ਸੰਸਾਰ ਤੇ ਆਇਆ ਉਸ ਨੂੰ ਆਖਰ ਜਾਣਾ ਪੈਂਦਾ। ਦੋਸਤੋ ਆਪਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਸੁਰਿੰਦਰ ਸੋਨੀਆ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਦੋਸਤੋ ਜਿੰਨੇ ਵੀ ਸੁਰਿੰਦਰ ਸੋਨੀਆ ਜੀ ਦੇ ਫੈਨ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤਾਂ ਜੋ ਸੁਰਿੰਦਰ ਸੋਨੀਆ ਜੀ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸੁਰਿੰਦਰ ਸੋਨੀਆ ਜੀ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਇੰਨੇ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।